ਵੀਡੀਓ ਤੁਸੀਂ ਦੇਖ ਰਹੇ ਹਾਂ ਜੀ, ਰੋਪੜ ਸਤਲੁਜ ਦਰਿਆ ਤੋਂ ਵੀਡੀਓ ਬਣਾ ਰਹੇ ਹਾਂ ਜੀ, ਗੁਰਦੁਆਰਾ ਟਿੱਬੀ ਸਾਹਿਬ ਤੋਂ। ਅਤੇ ਕੱਲ੍ਹ ਰਾਤ ਲਗਾਤਾਰ ਮੋਹਲੇਧਾਰ ਮੀਂਹ ਦੇ ਕਾਰਨ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਜਿਹੜਾ ਵੱਖ ਵੱਖ ਥਾਵਾਂ 'ਤੇ ਪਾਣੀ, ਨਦੀਆਂ ਜਿਹੜੀ ਆ ਉਹ ਬਿਲਕੁਲ ਪੂਰੀ ਤਰ੍ਹਾਂ ਉਫਾਨ 'ਤੇ ਹਨ। ਅਤੇ ਇਹ ਤੁਸੀਂ ਵੀਡੀਓ ਦੇਖ ਸਕਦੇ ਹਾਂ, ਸਤਲੁਜ ਰੂਪਨਗਰ ਪੁਲ, ਰੋਪੜ ਪੁਲ, ਜਿੱਥੋਂ ਅਕਸਰ ਬੱਸਾਂ ਗੁਜ਼ਰਦੀਆਂ ਸਾਰੀਆਂ ਲਗਭਗ ਪੰਜਾਬ ਤੋਂ ਆਉਣ ਵਾਲੀਆਂ। ਪੁਲ ਤੋਂ ਪਾਣੀ ਸਿਰਫ 1 ਫੁੱਟ ਹੇਠਾਂ ਆ। ਅਤੇ ਭਾਖੜਾ ਡੈਮ ਅਤੇ ਨੰਗਲ ਡੈਮ ਦੇ ਦੋਨੇ ਹੀ ਫਲੱਡ ਗੇਟ ਖੋਲ੍ਹਣ ਦੇ ਕਾਰਨ ਇਸ ਵਾਰੀ ਨਦੀ ਦੇ ਵਿੱਚ ਪੂਰਾ ਯਾਨੀ ਕਿ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਹੈ। ਤੁਸੀਂ ਦੇਖ ਸਕਦੇ ਹੋ ਬਿਲਕੁਲ ਨਜ਼ਦੀਕ ਤੋਂ, ਪਾਣੀ ਪੁਲ ਨਾਲ ਲੱਗਣ ਤੋਂ ਸਿਰਫ ਕੁਝ ਕੁ ਸੈਂਟੀਮੀਟਰ ਦੂਰ ਹੈ ਬਸ। ਪੂਰੇ ਪੁਲ 'ਤੇ ਲਗਭਗ ਲੋਕਾਂ ਦੀ ਬਹੁਤ ਭੀੜ ਜਮ੍ਹਾਂ ਹੋਈ ਹੋਈ ਹੈ। ਮਾਈ ਗੋਡ, ਇੰਨਾ ਪਾਣੀ, ਵਾਹ ਬਈ ਵਾਹ, ਓਏ ਪਾਣੀ ਓਏ, ਆ ਜਾ ਅੜੀਏ।
ਇੱਥੇ ਨਾ ਤੁਸੀਂ ਨਾ ਕਰੋ ਆ ਜਾ।